ਤੇ ਇਹਦੇ ਚਰਚੇ ਕਦੇ ਪਹਿਲੇ ਮੈਚ ਦੇ ਵਿੱਚ ਕਰਾਏ ਆ। ਲਾਓ ਸਾਹਿਬ ਵਾਲੇ ਪਾਸੇ ਅੱਜ ਜਿਹੜਾ ਵੀ ਪਲੇਅਰ ਕਹਿੰਦੇ ਪਲੇਅਰ ਆਫ ਦੀ ਡੇ ਬਣੇਗਾ ਕੈਂਫੋਰ ਆਈਲੈਟਸ ਇੰਸਟੀਚਿਊਟ ਵਾਲੇ ਭਰਾ ਜਸਪ੍ਰੀਤ ਬਰਾੜ ਵੀ ਉਹਨੂੰ ਇੱਕ ਜਰਸੀ ਦੇ ਨਾਲ ਮਾਨ ਸਨਮਾਨ ਕੀਤੇ ਜਾਣਗੇ। ਇਹ ਸਾਡੇ ਭਰਾਵਾਂ ਵੱਲੋਂ ਵੱਡੇ ਸਹਿਯੋਗ ਹੈ। ਸੋਨੂ ਨਾਥ ਮਲੇਸ਼ੀਆ ਵਾਲਾ ਕਹਿੰਦਾ ਪਿੰਡ ਵਾਲੇ ਮੁੰਡੇ ਨੂੰ ਕਹਿੰਦੇ ਵਾਸ਼ਿੰਗ ਮਸ਼ੀਨ ਤੇ ਬਾਹਰਲੇ ਖਿਡਾਰੀ ਨੂੰ ਕਹਿੰਦੇ ਸੀਰੀ ਦੇ ਵਿੱਚ 5100 ਦੇ ਯੋਗਦਾਨ ਦਿੱਤੇ ਜਾ ਰਹੇ ਹੈ। ਇਹ ਸੋਨੂ ਨਾਥ ਕਹਿੰਦੇ ਮਲੇਸ਼ੀਆ ਵਾਲੇ ਬਣੇ ਭਰਾ ਨੇ ਸਾਡੇ ਜਿਨ੍ਹਾਂ ਨੇ ਵੱਖੋ ਵੱਖਰੀਆਂ ਜ਼ਿੰਮੇਵਾਰੀਆਂ ਸਾਂਭੀਆਂ ਨੇ। ਆਓ ਮੇਰਾ ਵੀਰ ਰਜਿੰਦਰ ਆ ਗਏ ਕਹਿੰਦੇ ਪਾਲਾਂ ਪਾਉਣ ਲਈ 23 ਓਵਰ ਦੀ ਟੀਮ ਕਹਿੰਦੇ ਪਹਿਲਾਂ ਬਾਲਾਂ ਪਾਵੇਗੀ। 7-7 ਓਵਰਾਂ ਦਾ ਮੈਚ ਹੈ ਤੇ ਗੱਲਾਂ ਲੱਗਣਗੀਆਂ ਟਿਕਾਣੇ। ਆਓ ਵੇਖ ਮੁੰਡਾ ਫੇਰ ਤਿਆਰ ਪਰ ਤਿਆਰ ਹੈ ਅਰਸ਼ੀ ਜੀਐਮ ਦੀ ਬੈਟਿੰਗ ਹੈ ਨਾ ਬਈ। ਦੂਜੀ ਸਾਈਡ ਕੌਣ ਆਇਆ ਬੈਟਿੰਗ ਦੇ? ਮੋਹਿਤ ਓਵਰ ਆ ਗਿਆ ਰਾਜੂ। ਬਸ ਹੋ ਗਿਆ ਤੇ ਪਹਿਲੀ ਬਾਲ ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ ਬੋਲ ਪਹਿਲੀ ਬਾਲ ਵਾਈਡ ਹੋ ਗਈ ਹੈ। ਲਓ ਪਹਿਲੀ ਬਾਲ ਕਹਿੰਦੇ ਰਜਿੰਦਰ ਨੇ ਕੀਤੀ ਹੈ ਤੇ ਬਾਲ ਕਹਿੰਦੇ ਵਾਈਡ ਦੇ ਇਸ਼ਾਰੇ ਜਿਹੜੇ ਹੋ ਗਏ ਆ। ਲਓ ਉਸਾਮ ਵਾਲੇ ਪਾਸੇ ਰਜਿੰਦਰ ਦੀ ਬਾਲ ਪੈਂਦੀ ਹੈ। ਮੁੰਡਾ ਕਹਿੰਦੇ ਖੇਮੇ ਖੇੜੇ ਵਾਲਾ ਅਰਸ਼ੀ ਹੈ। ਚਲੋ ਜੀ ਚਲੋ ਜ਼ਿੰਮੇਵਾਰੀਆਂ ਸਾਂਭੋ ਛੋਟੇ ਛੋਟੇ ਵੀਰ। ਸਭ ਨੂੰ ਸ਼ਾਮ ਨੂੰ ਡਿਊ ਪਾਈ ਜਾਣੀ ਹੈ। ਜਿਹੜੇ ਬਾਲਾਂ ਚੱਕ ਚੱਕ ਲਿਆਉਣਗੇ ਉਹਨਾਂ ਨੂੰ ਠੰਡੇ ਦੀ ਸੇਵਾ ਠੰਡੀ ਸ਼ਰੀਰ। ਸੈਂਪਲ ਵਾਲੇ ਕਿਵੇਂ ਕੀ ਗੱਲ ਠੰਡਾ ਹੀ ਕਿਵੇਂ ਆ ਸੈੱਟ ਰਾਜੂ। ਹਰ ਇੱਕ ਚੀਜ਼ ਤੋਂ ਜਾਣੂ ਹੈ ਜਰਨਲ ਨਾਲ ਬਹੁਤ ਸੁਣਾ ਹੋ ਗਿਆ ਮੁੰਡੇ ਦੀ। ਹਾਂ ਵਾਕੀ ਵਾਕੀ ਲਓ ਸਾਹਮਣੇ ਵੇਖਾਂਗੇ। ਕਹਿੰਦੇ ਆ ਮੁੰਡੇ ਵੀ ਇੱਧਰ ਕਾਂ ਵੀ ਬਹੁਤ ਆ ਚਿੜੀਆਂ ਵੀ ਬਹੁਤ ਆ ਤੇ ਮੋਰ ਅੱਜ ਗਰਾਊਂਡ ਚ ਬਣੀ ਜਾਂਦੇ ਆ। ਇਧਰਲੇ ਪਾਸੇ ਬਾਲ ਪਾਉਂਦੇ ਖਿਡਾਰੀ ਫੇਰ ਤਿਆਰ ਪਰ ਤਿਆਰ ਹੈ। ਪਿਛਲੇ 3-4 ਮੈਚਾਂ ਚ ਕਲਹਿਰੀ ਬਣੇ ਹੈ। ਇਧਰਲੇ ਪਾਸੇ ਕਹਿੰਦੇ ਬਾਲ ਪਾਉਂਦੇ ਮੁੰਡਾ ਰਜਿੰਦਰ ਹੈ। ਮੈਨੂੰ ਲੱਗਦਾ ਵੀ ਹੁਣ ਜਿਹੜਾ ਕਿਤੇ ਤੀਜੇ ਬਲੀ ਪਿੰਡ ਵਾਲਾ ਕਿਤੇ ਗਿਵਰ ਵਾਧਾ ਹੋਇਆ ਹੈ ਔਰ 3 ਜੇਬ ਦੀ ਟੀਮ ਦੀ ਬੱਲੇਬਾਜ਼ੀ ਕਰਦੀ ਹੈ। ਅਰਸ਼ੀ ਆਇਆ ਹੋਇਆ ਮੁੰਡਾ ਸੰਧੂਆਂ ਦਾ ਮੁੰਡਾ ਹੈ ਅੱਜ ਕਿਤੇ ਅਰਸ਼ਦੀਪ ਸਿੰਘ ਸੰਧੂ ਮੇਰੇ ਵੀਰੇ ਖੇਮਾ ਖੇੜਾ ਪਿੰਡ ਕਿਤੇ ਖਿਡਾਰੀ ਦਾ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਏ ਗੱਭਰੂ ਅੱਜ ਕਿਤੇ ਵੱਡਾ ਬਾਲ ਕੀਤਾ ਮੁੰਡਿਆਂ ਨੇ ਤੇ ਬੱਲੇ ਬਰੇ ਕਰਵਾ ਰਿਹਾ। ਪਿਛਲੇ ਮੈਚ ਬਹੁਤ ਤੜਾ ਖੇਡਿਆ। ਨਾ ਉਹ ਸਾਹਮਣੇ ਵੇਖਾਂਗੇ ਦੂਜੇ ਰਾਊਂਡ ਦਾ ਪਹਿਲਾ ਮੁਕਾਬਲਾ ਜਿਹੜਾ ਕਿਤੇ
ਦੇਖੀਦਾ ਜਾ ਰਿਹਾ ਰਜਿੰਦਰ ਹੈ, ਇਹਨੇ ਵੀ ਧੰਨ ਧੰਨ ਕਰਵਾਈ ਹੈ ਪਿਛਲੇ ਮੈਚ ਦੇ ਵਿੱਚ, ਹਾਈਐਸਟ ਟੋਟਲ ਬਣਾਇਆ ਕਿਤੇ ਟੀਐਮ ਦੀ ਟੀਮ ਰਿਹਾ ਟੂਰਨਾਮੈਂਟ ਦਾ 169 ਰਨ ਮੇਰੇ ਵੀਰੋ ਰਿਕਾਰਡ ਬਣਾਇਆ ਇਸੇ ਖੇਡ ਮੇਲੇ ਤੇ। ਪਰ ਕਹਿੰਦੇ ਆ ਮੁੰਡੇ ਵੀ ਹਰੇ ਕਈ ਰਿਕਾਰਡ ਬਣੇ ਹੈ ਤੇ ਕਈ ਰਿਕਾਰਡ ਜਿਹੜੇ ਟੁੱਟਣਗੇ। ਗੱਲਾਂ ਸਮੇਂ ਦੀਆਂ ਹੋਣੀਆਂ ਨੇ ਵੀ ਬੁੱਲਿਆਂ ਨਾਲ ਹੀ ਝੜਦੇ ਪੱਤੇ ਮਿਹਨਤ ਦੇ ਆ ਬੋੜਾਂ ਦੇ ਪੈਰਾਂ ਦੇ ਵਿੱਚ ਵੱਜੇ ਜੋ ਧੰਨਵਾਦੀ ਹਰ ਓੜਾਂ ਦੇ ਖੰਭਾਂ ਨਾਲ ਦੀ ਹੌਸਲਿਆਂ ਨਾਲ ਹੈ। ਸਮਾਂ ਫੈਸਲੇ ਕਰੂ ਕਾਰਸਾ ਕਿਹਦੀ ਵਾਰੀ ਹੈ, ਜ਼ੋਰ ਨਾਲ ਹਿੱਟ ਬਾਲ ਹਵਾ ਦੇ ਵਿੱਚ ਔਰ ਇਧਰਲੇ ਪਾਸੇ ਨਾਲ ਛੇ ਦੇ ਵਾਧੇ ਜਿਹੜੇ ਕਿਤੇ ਹੋ ਚੁੱਕੇ ਨੇ। ਸਮਾਜੀ ਹੋ ਜਾਣੇ ਨੇ ਭੱਜ ਕੇ, ਇੱਕ ਨੋਟ ਆਈ ਹੈ ਇੱਕ ਵਾਈਡ ਸੀ, ਵਾਹ ਵੀ ਵਾਹ ਆਈ ਫਿੱਟ ਹੋਣਾ ਤੋਂ ਯਾਰ ਸਕੋਰ ਕੀਤਾ ਹੋ ਗਿਆ ਨੋ, ਇੱਕ ਵਾਈਡ ਆਈ 16 ਹੋ ਗਿਆ। ਮੈਂ ਵੀ ਓਵਰ ਸਮਾਪਤ ਆ, ਪਹਿਲੇ ਵੀ ਸਮਾਪਤੀ ਤੋਂ ਬਾਅਦ ਕਿੰਨੇ ਬਣ ਗਏ 16 ਰਨ ਜੀ, 16 ਇੱਕ ਓਵਰ ਸਮਾਪਤ ਤੇ 16 ਬਣ ਗਏ ਦੂਜੇ ਓਵਰ ਦੀ ਸ਼ੁਰੂਆਤ। ਆਓ ਜਲਦੀ ਨਾਲ ਕਿਹੜਾ ਖਿਡਾਰੀ ਆਵੇਗਾ ਬਾਲ ਪਾਉਂਦ ਨੇ, ਇੱਕ ਓਵਰ ਤੇ 16 ਰਹਿਣਾ, ਕਿੰਨੇ ਓਵਰ ਦਾ ਮੈਚ ਹੈ, 7-7 ਓਵਰ ਦਾ ਮੁਕਾਬਲਾ ਜਿਹੜਾ ਕਿਤੇ ਖੇਡਿਆ ਜਾ ਰਿਹਾ ਮੇਰੇ ਵੀਰੇ, ਇੱਕ ਓਵਰ ਤੇ 16 ਰਨ ਹੈ ਤੇ ਦੂਜਾ ਬਾਉਂਡਰੀ ਕੌਣ ਆਵੇਗਾ। ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਯਾਰ, ਇਹਨਾਂ ਦਾ ਦੇਣ ਨਹੀਂ ਦੇ ਸਕਦੇ ਜਿਹੜੇ ਇੰਨੀ ਗਰਮੀ ਚ ਬੈਠੇ ਹੈ, ਹਾਰ ਮੈਚਾਂ ਦਾ ਆਨੰਦ ਮਾਣਦੇ ਯਾਰ ਵੀ, ਬਹੁਤ ਬਹੁਤ ਧੰਨਵਾਦ ਹੈ। ਗੁਰਭੇਜ ਆ ਗਿਆ ਜੀ, ਗੁਰਭੇਜ ਇੱਕ ਓਵਰ ਦੇ 16 ਨੇ ਸਾਹਮਣੇ ਕਰਨ ਲਈ, ਮੋਹਿਤ ਦੇ ਤਿਆਰ ਵਰ ਤਿਆਰ ਆ ਮੁੰਡਾ, ਕੋਈ ਨੀ ਬਾਈ ਹੋ ਜੂ ਸੈਟ। ਵਧੀਆ ਗੱਲ ਆ, ਤਾਂ ਹੀ ਪਿੱਛੇ ਆਪਾਂ ਹਲੇ ਜਿੰਨਾ ਸੱਚ ਬੋਲਦੇ ਹੈ, ਪਹਿਲਾਂ ਹੁੰਦਾ ਸੀ ਉਹ ਸੱਚਿਆਂ ਦਾ ਰੱਬ, ਅੱਜ ਕੱਲ੍ਹ ਤਾਂ ਝੂਠਿਆਂ ਦਾ ਹੀ ਆ ਸਾਰਾ ਕੁਝ। ਨਾ ਸਾਹਮਣੇ ਵੇਖਾਂਗੇ ਤੇਰੇ ਪਾਸੇ ਬਾਲ ਪਾਉਣ ਲਈ ਖਿਡਾਰੀ ਤਿਆਰ ਵਰ ਤਿਆਰ ਹੈ, ਮੋਹਿਤ ਕਹਿੰਦੇ ਟਰਾਈ ਕਰਦਾ ਬਲਾਟ ਦੇ ਜਵਾਨ ਸਿੰਗਲ ਦੇ ਨਾਲ ਆ ਗਿਆ ਖੇਮੇ ਖੇੜੇ ਵਾਲਾ, ਸਾਹਮਣੇ ਕਰਨ ਦੇ ਮੁੰਡਾ ਕਹਿੰਦੇ ਤਿਆਰ ਵਰ ਤਿਆਰਾ ਰਿਸ਼ੀ ਹੈ, ਕਈ ਵੱਡੇ ਵੱਡੇ ਖੇਡ ਮੇਰੇ ਦਾ ਕਹਿੰਦੇ ਵੈਸਟ ਦਾ ਮੁੰਡਾ ਹੈ ਯਾਰ, ਯਾਤਰ ਮਾਰੇ ਵਾਲੇ ਓਏ ਗੋਰੇ ਦੇ ਨਾਲ
ਇਹ ਸਾਹਮਣੇ ਵੇਖਾਂਗੇ ਅਰਸ਼ੀ ਇਸ ਸਮੇਂ ਤਿਆਰ ਬਰ ਤਿਆਰ ਅੱਜ ਵੱਡਾ ਮਾਣ ਕੀਤਾ ਮੁੰਡਾ ਮੁਕਤਸਰ ਸਾਹਿਬ ਜਿਹਨੇ ਜੋ ਸੱਦਿਆ ਹੈ ਵੀ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਲੰਡੀਆਂ ਉੱਥੋਂ ਦੇ ਦੋ ਬਲਦ ਸੁਣੀਦੇ ਬਲਦਾਂ ਦੇ ਗੱਲ ਟੱਲੀਆਂ ਭੱਜ ਭੱਜ ਕੇ ਮੱਕੀ ਬੀਜਦੇ ਗਿੱਠ ਗਿੱਠ ਲੰਬੀਆਂ ਛੱਲੀਆਂ ਮੇਲੇ ਮੁਕਤਸਰ ਦੇ ਦੋ ਮੁਟਿਆਰਾਂ ਚੱਲੀਆਂ ਮੇਲੇ ਮੁਕਤਸਰ ਦੇ ਇੱਕ ਮਾਘ ਨੂੰ ਬੜਾ ਭਾਰੀ ਮੇਲਾ ਮੁਕਤਸਰ ਸਾਹਿਬ ਦੀ ਧਰਤੀ ਤੇ ਲੱਗਦਾ ਮੇਰੇ ਵੀਰਿਓ ਉਹ ਜਿਹੜੇ ਜੋ ਚੱਲ ਕੇ ਆਇਆ ਮੁੰਡਾ ਲੰਗਲੇ ਪੰਜਾਬ ਦੀ ਧਰਤੀ ਪੰਜਾਬਾਂ ਦੀ ਧਰਤੀ ਦਾ ਕਦੇ ਗੱਭਰੂ ਵੀ ਜਿੱਥੇ ਪੰਜਾਂ ਦਰਿਆਵਾਂ ਨੇ ਹੈ ਜਾਲ ਬੰਨਿਆ ਉਸ ਧਰਤੀ ਦੀ ਧੁੱਖ ਵਿੱਚੋਂ ਮੈਂ ਜੰਮਿਆ ਸੋਨਾ ਉੱਗਦੀ ਹੈ ਜਿੱਥੋਂ ਦੀ ਜ਼ਮੀਨ ਜੱਟੀਏ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ ਲਓ ਸਾਹਮਣੇ ਵੇਖਾਂਗੇ ਮੁੰਡਾ ਪੰਜਾਬ ਦਾ ਸਾਹਮਣੇ ਕਰਨ ਲਈ ਇਸ ਸਮੇਂ ਤਿਆਰ ਬਰ ਤਿਆਰ ਹੈ ਬਾਲ ਪਾਉਣ ਦੀ ਰਾਜਸਥਾਨ ਵਾਲਾ ਪੈਂਦੀ ਹੋਈ ਬਾਲ ਤੇ ਕਰਦਾ ਕਰਾਈ ਦੇ ਪਾਸੇ ਨੌਜਵਾਨ ਪਰ ਸਾਹਮਣੇ ਡਾਟ ਬਾਲ ਜਿਹੜੀ ਕਦੇ ਹੋ ਚੁੱਕੀ ਹੈ ਖੇਡ ਦੇ ਮੈਦਾਨ ਦੇ ਵਿੱਚ ਚੋਟੀ ਦਾ ਮੁਕਾਬਲਾ ਹੈ ਚੋਟੀ ਚੋਟੀ ਤੱਕ ਦੇ ਮੁਕਾਬਲੇ ਖੇਡਿਆ ਜਾ ਰਿਹਾ ਹੈ 25 ਬੜੇ ਓਵਰ ਸਮਾਪਤ ਹੈ ਮੁੰਡੇ ਪੰਜਾਬ ਦੇ ਧਰਤੀ ਰਾਜਸਥਾਨ ਦੀ ਹੈ ਵੀ ਹਾਸ਼ਮ ਢੀਲੂ ਵਾਰਸ ਬੁੱਲੇ ਸ਼ਾਹ ਮੁਹੰਮਦ ਸ਼ਿਵੇ ਅਣਬੁੱਲੇ ਰਾਗੀ ਕਵਿਸ਼ਰ ਸੰਦ ਤੇ ਵਾਰਾਂ ਢੱਡ ਸਰੰਗੀ ਤੂਬੀ ਦੀਆਂ ਤਾਰਾਂ ਉਹ ਸਿੱਠਣੀਆਂ ਬੋਲੀਆਂ ਮਾਹੀਏ ਟੱਪੇ ਹੋ ਜਾ ਸਭ ਨੂੰ ਮਾਲਕ ਰਾਜੀ ਰੱਖੇ ਸੁੱਚੇ ਦੁੱਲੇ ਜਿਉੜੇ ਜੱਗੇ ਹੋਣੀ ਨੂੰ ਨਾਲ ਲੈਂਦੇ ਅੱਗੇ ਉਹ ਮਾਣ ਹੈ ਅਰਜਨਾ ਸੀ ਪੰਜਾਬੀ ਇਹ ਤੋਂ ਵੱਡਾ ਖਿਤਾਬ ਨਹੀਂ ਹੋਣਾ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਬ ਨਹੀਂ ਹੋਣਾ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਬ ਨਹੀਂ ਹੋਣਾ ਕਦੇ ਭਦੌੜਲਾ ਅਰਜਨ ਗਾਉਂਦਾ ਲਓ ਸਾਹਮਣੇ ਵੇਖਾਂਗੇ ਆਪਾਂ ਮੁੰਡਾ ਪੰਜਾਬ ਦਾ ਹੁਣ ਨੌਨ ਸਟ੍ਰਾਈਕ ਤੇ ਖੜ ਗਿਆ ਰਜਿੰਦਰ ਬਾਲਪੌਲੀ ਤਿਆਰਾ ਦੋ ਓਵਰ ਨੇ 25 ਸਕੋਰ ਨੇ ਤੀਜੇ ਦੀ ਸ਼ੁਰੂਆਤ ਰਜਿੰਦਰ ਇਸ ਸਮੇਂ ਤਿਆਰ ਬਰ ਤਿਆਰਾ ਪਹਿਲੇ ਚ ਸੋਣਾ ਦੂਜੇ ਚ ਨੌ ਆਏ ਹੈ ਆ ਰਜਿੰਦਰ ਹੈ ਮੁੰਡਾ ਕਹਿੰਦੇ ਬਾਲ ਪੌਲੀ ਤਿਆਰ ਬਰ ਤਿਆਰ ਇੱਧਰ ਰਾਜੂ ਵੀ ਬੈਠਾ ਹੈ ਜਿਹਨੇ ਕੱਲ ਦੁਨੀਆਂ ਬਚਾਈ ਮੇਰੇ ਵੀਰੇ ਔਰ ਕਹਿੰਦਾ ਵੀ ਹੁਣ ਅਗਲੇ ਸਾਲ ਤੱਕ ਕਲਿੱਪਾਂ ਪੈਣਗੀਆਂ ਔਰ ਰੀਤ ਅਗਲੇ ਸਾਲ ਤੱਕ ਚੱਲੇਗੀ ਪੈਂਦੀ ਵਾਰ ਤੇ ਸਾਹਮਣੇ ਕਰਦਾ ਤਰਜਦਲੇ ਪਾਸੇ ਮੋਹਿਤ ਪਰ ਬਾਲ ਡਾਊਟ ਹੋ ਚੁੱਕੀ ਹੈ ਰਜਿੰਦਰ ਦੀ ਹੈ ਕਹਿੰਦੇ ਬਾਲਾਂ ਪੈ ਰਹੀਆਂ ਨੇ ਪੈਂਦੀਆਂ ਨੇ ਬਾਲਾਂ ਯਾਰ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਸਾਨਾ ਦੇ ਪਿੜਾਂ ਦੇ ਵਿੱਚ ਢੇਡ ਹੋਣੇ ਹੈ ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਰੋੜਿਆ ਦੋ ਮੈਚ ਚੱਲਦੇ ਆ ਗਰਾਊਂਡ ਦੇ ਵਿੱਚ ਇੱਕ ਇੱਧਰ ਚੱਲੀ ਜਾਂਦਾ ਕ੍ਰਿਕਟ ਦਾ ਦੂਜੇ ਪਾਸੇ ਮਿੰਡਿਆਂ ਦਾ ਮੁੰਡਾ ਛਤਰੀ ਨਾਲ ਮੈਚ ਲਾਈ ਖੜਾ ਉਧਰਲੇ ਪਾਸੇ ਲਓ ਸਾਹਮਣੇ ਵੇਖਾਂਗੇ ਬਾਲ ਬਾਉਂਡਰੀ ਫੇਰ ਖਿਡਾਰੀ ਤਿਆਰ ਬਰ ਤਿਆਰ ਹੈ ਪੈਂਦੀ ਬਾਲ ਤੇ ਸਾਹਮਣੇ ਸਾਹਮਣੇ ਵੇਖਾਂਗੇ ਆਪਾਂ ਇੱਕ ਸਿੰਗਲ ਦੇ ਵੱਧ ਜਿਹੜੇ ਫੇਰ ਹੋ ਚੁੱਕੇ ਆ ਦੋ ਮੈਚ ਚੱਲਦੇ ਆ ਇੱਕ ਪਾਸੇ ਕੁਛ ਮਿੰਡਾਂ ਉਧਰ ਛਤਰੀ ਨਾਲ ਖੇਡੀ ਜਾਂਦਾ ਹੈ ਇੱਕ ਪਾਸੇ ਆ ਔਖੇ ਮੇਖਰਿਆਂ ਨਾਲ ਖੇਡਣ ਲਈ ਸਾਹਮਣੇ ਆ ਗਿਆ ਲਓ ਬਾਲ ਬਾਉਂਡਰੀ ਫੇਰ ਰਜਿੰਦਰ ਕਹਿੰਦੇ ਤਿਆਰ ਬਰ ਤਿਆਰ ਹੈ ਇੱਕ ਵੱਡਾ ਟਾਰਗੇਟ ਸੈੱਟ ਕਰਨਾ ਪੈਣਾ ਹੈ ਮੈਂ ਦੱਸਿਆ ਵੀ ਹਾਈਐਸਟ ਸਕੋਰ ਆ ਟੂਰਨਾਮੈਂਟ ਦਾ ਜਿਹੜੀ ਬਾਲਾਂ ਪਾਉਂਦੀ ਇਹਨਾਂ ਨੇ ਬਣਾਇਆ ਮੁੰਡਿਆਂ ਨੇ ਲਓ ਸਾਹਮਣੇ ਬਾਲ ਪਾਉਂਦੇ ਰਜਿੰਦਰ ਫੀਲਡਿੰਗ ਘੁਮਾ ਲਈ ਹੈ ਕਿਉਂਕਿ ਹੁਣ ਖੱਬੇ ਅੱਧਾ ਬੱਲੇਬਾਜ ਸਾਹਮਣੇ ਕਰਨ ਲਈ ਤਿਆਰ ਬਰ ਤਿਆਰ ਹੈ ਰਜਿੰਦਰ ਦੀ ਪਹਿਲੀ ਬਾਲ ਸਾਹਮਣੇ ਕਰਦਾ ਕੋਸ਼ਿਸ਼ ਅਰਸ਼ੀ ਪਰ ਵੇਖਾਂਗੇ ਗੈਰ ਡਰੋਪ ਹੋਇਆ ਮੇਰੇ ਵੀਰਿਓ ਇੱਕ ਸਿੰਗਲ ਦੀ ਵੱਧ ਜਿਹੜੀ ਫੇਰ ਹੋ ਗਈ ਨੇ ਵੀ ਖੇਮੇ ਖੇਡੇ ਵਾਲੇ ਆ ਲੋਕਾਂ ਨੇ ਕਿਹੜਾ ਵੀ ਮੁੰਡਾ ਹੋ ਗਿਆ ਹੁਣ ਗਰਮਾ ਗਰਮੀ ਚਾਹੀਦੀ ਆ ਨੌਜਵਾਨਾਂ ਜਿਵੇਂ ਅੰਗਰੇਜ਼ੀ ਦੇ ਕਹਾਵਤ ਆ ਨਾ ਵੀ ਡੋਂਟ ਟੇਕ ਰੈਸਟ ਆਫਟਰ ਯੂਅਰ ਫਸਟ ਵਿਕਟਰੀ
ਇਫ ਯੂ ਫੇਲ ਇਨ ਸੈਕਿੰਡ ਦੈਨ ਆਲ ਪੀਪਲ ਆਰ ਸੇਇੰਗ ਯੂਅਰ ਫਸਟ ਵਿਕਟਰੀ ਵਾਜ਼ ਜਸਟ ਲੱਕ। ਫਿਰ ਲੋਕਾਂ ਨੇ ਕਹਿਣਾ ਵੀ ਪਹਿਲੇ ਮੈਚ ਕਿਸਮਤ ਨਾਲ ਜਿੱਤ ਗਿਆ ਹੈ, ਅਸਲ ਪਤਾ ਤੇ ਹੋਣ ਲੱਗਿਆ ਹੈ। ਓਏ ਫਾੜੋ ਤਿਆਰੀ, ਸਾਹਮਣੇ ਕਰਦਾ ਮੋਹਿਤ ਵੱਡੀ ਹਿੱਟ ਦੀ ਕੋਸ਼ਿਸ਼, ਪਰ ਬੋਲ ਕੇ ਵਾਪਸ ਚਲਾ ਗਿਆ। ਆਓ ਜੀ ਅਗਲਾ ਬੱਲੇਬਾਜ਼ ਜਲਦੀ ਦੇ ਨਾਲ। ਹਾਂ ਪਾ ਬਾਈ ਨੂੰ ਜੱਫੀ ਬੜੀ ਦੂਰੋਂ ਭੱਜ ਕੇ ਆਇਆ, ਕਿਆ ਬਾਤ ਹੈ। ਖੜੋ ਖੜੋ ਮੇਰਾ ਵੀਰ ਜਲਦੀ ਨਾਲ, ਕੌਣ ਆ ਗਿਆ ਜੀ ਬੈਟਿੰਗ ਲਈ? ਵਿਸ਼ਨ ਜੀ, ਹਾਂ ਕਿਆ ਬਾਤ ਹੈ। ਡੈਥ ਓਵਰ ਚੱਲ ਪਿਆ ਵੀ ਅੰਕੁਸ਼ ਹੁਣ, ਉਹ ਕਿੱਧਰ ਗਿਆ ਨਾ ਮੋਰਾ? ਹਵਾ ਦੇ ਵਿੱਚ ਬਾਲ ਤੇ ਆਉਂਦੇ ਸਾਰ ਇੱਕ ਹੋਰ ਮੁੜ ਗਿਆ, ਵਿਸ਼ਵਜੀਤ ਵੀ ਮੁੜ ਗਿਆ। ਵਾਹ ਜੀ ਵਾਹ ਜੀ, ਅਗਲਾ ਬੱਲੇਬਾਜ਼ ਜਲਦੀ ਦੇ ਨਾਲ ਨੈਕਸਟ ਬੈਟਸਮੈਨ। ਕੀ ਨਾਮ ਹੈ ਬਾਈ ਦਾ? ਗੁਰ ਗੁਰੀ ਗੁਰੀ ਹੈ ਗੁਰੀ ਆਪਾਂ ਮੀਂਹ ਬਹੁਤ। ਕੌਣ ਹੈ ਜੀ ਬੈਟਿੰਗ ਲਈ? ਸ਼ਕਤੀ ਕਪੂਰ ਹੈਪੀ। ਵਾਹ ਜੀ ਵਾਹ, ਕੋਸ਼ਿਸ਼ ਕਰਦਾ ਹੈ ਜੀ, ਪਰ ਰਜਿੰਦਰ ਨੇ ਕਮਾਲ ਦੀਆਂ ਬਾਲਾਂ ਪਾਈਆਂ। ਤਿੰਨ ਓਵਰ ਸਮਾਪਾ, ਤਿੰਨਾਂ ਤੋਂ ਬਾਅਦ ਕਿੰਨੇ 27 ਦੋ ਰਨ ਆਏ ਇਸ ਓਵਰ ਦੇ ਵਿੱਚ, ਬਹੁਤ ਤਕੜਾ ਓਵਰ। ਦੋ ਰਨ ਆਇਆ, ਦੋ ਰਨ ਇਸ ਓਵਰ ਦੇ ਵਿੱਚ, 27 ਰਨ ਆ ਮੇਰੇ ਵੀਰਿਓ। ਤਿੰਨ ਓਵਰਾਂ ਤੋਂ ਬਾਅਦ 18 ਪੈ ਗਈਆਂ ਤੇ 24 ਰਹਿ ਗਈਆਂ। ਬੋਲਰ ਦਾ ਕੀ ਨਾਮ ਹੈ? ਬੋਲਰ ਦਾ ਪ੍ਰਦੀਪ ਹੈ। ਅੱਜ ਥੋੜਾ ਜਿਹਾ ਕਿਉਂ ਪਿੱਛੇ ਪਿੱਛੇ ਰਹੇ, ਫਿਰ ਪਿੱਛੇ ਰਹੇ, ਉਹ ਕਹਿੰਦਾ ਪਿੱਛੇ ਰਹੇ, ਉਸ ਤੋਂ ਡੱਬ ਜਾਣੀ। ਸਾਹਮਣੇ ਵੇਖਾਂਗੇ ਮੁੰਡਾ ਮੁਕਸਰੀਆ ਕਰਦਾ ਕਮਾਲ, 6 ਰਨ ਦੇ ਵਾਧੜੇ ਕਰ ਦਿੱਤੇ ਹੈ। ਬਾਲ ਪਾਉਣ ਦੇ ਲਈ ਖਿਡਾਰੀ ਤਿਆਰ ਵਰ ਤਿਆਰ ਆ, ਪੈਂਦੀ ਵਾਰ ਸਾਹਮਣੇ ਫੇਰ, ਪਰ ਹੁਣ ਬਾਲ ਕਮਾਲ ਦੀ ਹੈ। ਪ੍ਰਦੀਪ ਨੇ ਕਿਤੇ ਵਾਪਸੀ ਕੀਤੀ ਤੇਰੇ ਪਾਸੇ, ਵਾਪਸੀ ਕਰਦਾ ਨਵੀਆਂ ਨਾ।
ਬਾਲ ਹੈ, ਬਾਲ ਉੱਪਰ ਚੜ ਕੇ ਫੇਂਕ ਨਹੀਂ ਆ ਰਿਹਾ। ਬਸ ਠੀਕ ਹੈ, ਪਿਛਲੇ ਮੈਚ ਖੇਮੇ ਖੇਡਣ ਕਹਿ ਛੱਡਿਆ ਸੀਗਾ ਕਿਸੇ ਟੀਮ ਨੇ, ਉਦੋਂ ਬਾਅਦ ਫਿਰ ਖੇਮੇ ਖੇਡਿਆ ਕੱਲੇ ਕੱਲੇ ਨੂੰ ਘਰੇ ਛੱਡ ਕੇ ਆਇਆ ਜਾ ਕੇ। ਲਓ ਸਾਹਮਣੇ ਪ੍ਰਦੀਪ ਬਾਲ ਪਾਉਣ ਲਈ ਫੇਰ ਇਸ ਵੇਲੇ ਤਿਆਰ ਬਰ ਤਿਆਰ ਹੈ, ਆਹ ਗੁਰੀ ਹੈ ਗੁਰੀ ਸਾਹਮਣੇ ਕਰਨ ਲਈ ਤਿਆਰ ਬਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਹੈ। ਇਧਰਲੇ ਪਾਸੇ ਬਾਲ ਪਾਉਣੀ ਪ੍ਰਦੀਪ ਦੇ ਅੱਗੇ ਵਰ ਵਧਿਆ ਹੋਇਆ ਹੈ। ਉਹ ਬੱਲੇ ਖੇਡ ਗਿਆ ਸੜਕ ਬਾਲ ਦਾ, ਨਾ ਪਈ ਬਲ ਫੇਰ ਚਾਰ ਓਵਰ ਦੇ 34 ਰਨ ਜੀ, ਚਾਰ ਓਵਰ ਦੇ 34 ਨੇ, ਠੰਡਾ ਜਿਹਾ ਹੋ ਗਿਆ ਮੈਚ, ਰਾਮ ਕਿਸ਼ਨ ਨੇ ਚੱਕ ਲਿਆ ਮੈਚ। ਹਾਂ ਹੁਣ ਗਰਮਾ ਗਰਮੀ ਹੋਣੀ ਹੈ, ਮੈਚ ਪਹਿਲਾਂ ਗਰਮ ਹੋਇਆ ਪਿਆ। ਰਵੀ ਰਾਮ ਕਿਸ਼ਨ ਬੜਾ ਧੁੱਪੇ ਰਹਿ ਜਾਇਆ ਕਰ, ਹਾਂ ਪਹਿਲਾਂ ਹੀ ਠੀਕ ਠਾਕ ਹੈ ਕੰਮ, ਫਿਰ ਮੁੜ ਕੇ ਪਛਾਣ ਨਹੀਂ ਆਉਣੀ, ਜ਼ਿਆਦਾ ਧੁੱਪੇ ਰਹਿ ਜਾਇਆ ਕਰ। ਸੋਹਣੇ ਕੀ ਨਾਮ ਹੈ ਬੋਲਣ ਦਾ ਵੀਰੇ? ਬੋਲਰ ਦਾ ਕੀ ਨਾਮ ਹੈ ਵੀਰੇ? ਬੋਲ ਹੈ ਭਾਜੀ ਬੋਲ ਹੈ। ਪੰਜ ਓਵਰ ਦੀ ਪਹਿਲੀ ਬਾਲ, ਪ੍ਰਭੂ ਆ ਗਿਆ ਬਾਲ ਬੋਲ ਲਈ, ਹੇ ਪ੍ਰਭੂ ਇਹ ਕਿਆ ਹੁਆ, ਨੌਟ ਹੋ ਗਈ ਜੀ ਬਾਲ। ਇੱਕ ਵਾਰੀ ਫੇਰ ਵਾਹ ਜੀ ਵਾਹ, ਰਨ ਜਿਹੜੇ ਚਾਰ ਦੇ ਵੱਧ ਦੇ ਹੋ ਚੁੱਕੇ ਨੇ ਖੇਡ ਦੇ ਮੈਦਾਨ ਦੇ ਵਿੱਚ, ਚਾਰ ਜੁੜ ਗਏ ਚਾਰ ਉਧਰਲੇ ਪਾਸੇ, ਬਾਲ ਪਾਉਣੀ ਪ੍ਰਭੂ ਦੇ ਫੇਰ ਇਸ ਸਮੇਂ ਤਿਆਰ ਬਰ ਤਿਆਰ ਨੇ ਵੀ ਖੇਮੇ ਖੇਡਿਆ ਰਿਹਾ ਵਹਾ ਹੱਥ ਨੌਜਵਾਨ ਹੈ, ਆਹ ਮੁੰਡੇ ਜਿਹੜੀ ਖੇਡ ਵੇਖਣ ਲਈ ਬੈਠੇ ਹੈ। ਨਾ ਉਸ ਸਾਹਮਣੇ ਵੇਖਾਂਗੇ ਪੈਂਦੀ ਬਲ ਫੇਰ, ਇੱਧਰ ਚੱਲੋ ਸਕੂਲ ਦੇ ਵਿੱਚ, ਰਨ ਜਿਹੜੇ ਛੇ ਦੇ ਵੱਧ ਦੇ ਹੋ ਚੁੱਕੇ ਨੇ, ਛੱਕਾ ਵੱਜ ਗਿਆ ਛੱਕਾ ਉਧਰਲੇ ਪਾਸੇ ਵੇਖਾਂਗੇ ਆਪਾਂ, ਤੇ ਪ੍ਰਭੂ ਦੇ ਬਾਲ ਪਾਉਣ ਲਈ ਫੇਰ ਤਿਆਰ ਹੈ। ਹਲੇ ਤੱਕ ਵਧੀਆ ਬਾਲਾਂ ਪਈਆਂ ਨੇ ਵੀ ਪਈ ਅੰਬੜੀ ਵਾਲਿਆ, ਹੋ ਜਾ ਤਗੜਾ, ਪਈ ਬਾਲ ਫੇਰ ਬਲਾਕ ਦੇ ਵਿੱਚ, ਇੱਕ ਤੋਂ ਦੋ ਦੀ ਕੌਮ ਦੇ ਦੋ ਭੱਜ ਕੇ ਪੂਰੇ ਵੀ ਕਰ ਲਏ ਮੁੰਡਿਆਂ ਨੇ, ਦੋ ਜੁੜ ਕੇ ਦੋ ਦਿਨ ਪਾਸੇ ਵੇਖਾਂਗੇ ਆਪਾਂ, ਦੋ ਰਨ ਦੇ ਵਾਧੇ
ਜਿਹੜੇ ਕਦੇ ਫੇਰ ਹੋ ਗਏ ਹੈ। ਇਹਨਾਂ ਦੋਵਾਂ ਨਾਲ ਵਾਧਾ ਸਕੋਰ ਚਾਰ ਹੋ ਗਿਆ 46 ਰਨ। ਬੱਲੇ 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 ਰਹਿਣ ਦੇ ਰਾਮ ਕਿਸ਼ਨ, ਜਾਂ ਤੂੰ ਕਰ ਲੈ ਮੈਂ ਬੰਦ ਕਰ ਦਿੰਦਾ, ਕਰਦਾ ਬੰਦ। ਮਾਰ ਲਈ ਬੋਲ ਇੱਕ ਵਧੀਆ। ਅਰੇ ਬੈਗ ਬਾਜੋ ਬਾਈ ਜੀ ਯਾਰ, ਕੌਣ ਸਮਝਾਉਣ ਲਾ ਰਹੀ ਬੋਲ ਲਈ। ਆਤਮਾ ਜਾ ਗਾ ਜਾ ਰਿਹਾ ਬੈਗ ਬਾਜਾ। ਪੰਜ ਓਵਰਾਂ ਤੋਂ ਬਾਅਦ 47 ਰਨ ਜੀ ਪੰਜ ਓਵਰ। ਪਿੱਛੇ ਨਾ ਦੇ ਅੱਗੇ ਰਾਖੀ ਬੈ ਠੀਕ ਹੈ। ਇਸ ਰਾਮ ਬਗਲੇ ਕੋਈ ਦਿੱਕਤ ਪਾਉਣੀ। ਕੀ ਨਾਮ ਹੈ ਬੋਲਰ ਦਾ? ਪ੍ਰਦੀਪ ਹੈ। ਮੈਂ ਵੀ ਹੁਣ ਤੇ ਬੋਲਿੰਗ ਲਈ ਤਾੜੀ ਮਾਰੇ ਕਰੀ ਜ਼ੋਰਦਾਰ ਯਾਰ, ਠੰਡ ਭਾਤੀ ਮੁੰਡਿਆਂ ਨੇ ਕਹਿੰਦੇ। ਬਹੁਤ ਸੋਹਣੀ ਗੇਂਦਬਾਜ਼ੀ ਕੀਤੀ ਜਾ ਰਹੀ ਹੈ, ਬ੍ਰੇਕਾਂ ਲਾ ਦੀਆਂ। 35 ਬਾਲ ਫੇਰ ਬੱਲੇ 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 ਬ੍ਰੇਕਾਂ ਫੇਰ ਮਹਿਕਮਾ ਛੱਕਾ ਵੱਜ ਗਿਆ। 6 ਰਨ ਦੇ ਵਾਧੜੇ ਹੋ ਚੁੱਕੇ ਨੇ ਖੇਡ ਦੇ ਮੈਦਾਨ ਦੇ ਵਿੱਚ। 6 ਜੁੜ ਗਏ ਫੀਲਡ ਦੇ ਪਾਸੇ, ਬਾਲ ਪਾਉਣੀ ਪ੍ਰਦੀਪ ਫੇਰ ਇਸ ਸਮੇਂ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਅੰਦਰ ਵੇਖਾਂਗੇ ਆਪਾਂ। ਸਾਹਮਣੇ ਕਰਨ ਲਈ ਅਰਸ਼ੀ ਖੇਮੇ ਖੇਡੇ ਵਾਲਾ ਇੱਕ ਵਾਰੀ ਫੇਰ ਬੱਲੇ 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 ਰਨ ਜਿਹੜੇ 6 ਦੇ ਵਾਧੜੇ ਫੇਰ ਹੋ ਚੁੱਕੇ ਨੇ, ਛੱਕਾ ਕਿਤੇ ਫੇਰ ਵੱਜ ਗਿਆ ਹੈ। ਵਿਕਟ ਮਤ ਮਾਰ, ਵਿਕਟ ਮਤ ਮਾਰ, ਕੋਈ ਦਿੱਕਤ ਨੀ। ਅਜੇ ਇਹਨੇ 10-12 ਛੱਕਾ ਹੋਰ ਜਾਈਏ। ਵਾਹ ਜੀ ਵਾਹ, ਇੱਕ ਵਾਰ ਫੇਰ ਜ਼ੋਰਦਾਰ ਹਿੱਟ ਦੇ ਰਨ ਜਿਹੜੇ 4 ਦੇ ਵਾਧੜੇ ਹੋ ਚੁੱਕੇ ਨੇ। ਇਹਨਾਂ 4 ਰਨ ਵਾਧਾ ਹੋਇਆ ਸਕੋਰ ਕਿੰਨੇ ਜੀ? 63 ਬਣ ਗਏ ਆ, 63 ਬਣ ਗਏ 63। ਨਵੀਂ 6 ਉਹਨਾਂ ਤੋਂ ਬਾਅਦ ਕਿੰਨੇ ਸੋਹਣੇ ਕਿਉਂ
ਛੇ ਓਵਰ ਦੇ ਚੌਂਹਠ ਰਨ ਜੀ, ਲਾਸਟ ਓਵਰ ਦੀਆਂ ਛੇ ਬਾਲਾਂ। ਹਾਂਜੀ ਕਿਹੜੇ ਬੈਟ ਦੀ ਵੀਰੇ? ਕਿੱਥੋਂ ਬੋਲਦੇ ਹੋ? ਇਹ ਕਿੱਥੇ ਰਹਿ ਗਿਆ? ਨੂਪਗੜ ਵਾਲੇ? ਇਹ ਕਿਹੜੇ ਜ਼ਿਲ੍ਹੇ 'ਚ ਰਹਿ ਗਿਆ? ਨਹੀਂ ਨਹੀਂ ਮਤਲਬ ਹੈਗਾ ਕਿੱਥੇ ਜੀ? ਇਹ ਪਿੰਡ ਵਾਲਾ ਓਕੇ ਓਕੇ ਨਹੀਂ ਮੈਂ ਕੜਸਾਣੇ ਹੀ ਸੀ ਨਾ, ਅਨੂਪਗੜ ਦੇ ਕੋਲ ਹੀ ਆ। ਹਾਂ ਇੱਥੇ ਹੈ ਪਤਰੋੜੇ ਕ੍ਰਿਕਟ ਕੱਪ। ਲਾਸਟ ਓਵਰ ਪਹਿਲੀ ਤੇ ਕਰਤਾ, ਕੁਝ ਵੀ ਨਹੀਂ ਹੋਇਆ, ਡਾਊਟ ਮਾਰ। ਆਰਾਮ ਨਾਲ ਫੜ ਲਓ ਸਿੰਗਲ, ਪਾਜਦਾ ਚੌਕਾ ਨਹੀਂ ਟਪਾਉਣਾ। ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਲੰਮਾ ਨਹੀਂ ਹੋ ਰਹੀ ਸਭਾ। ਓਏ ਖੇਮੇ ਖਿਡਿਆੜੇ ਆਏ, ਜਦ ਲੋਹਾ ਕੱਟੇ ਲੋਹੇ ਨੂੰ ਭਾਬੜ ਮੱਚਿਆ ਗਿਆਰਿਆਂ ਦਾ, ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ, ਮੁੱਲ ਪੈਂਦਾ ਨੀ ਫੋਕੇ ਲੜਕਾਰਿਆਂ ਦਾ। ਹਾਂ ਤੇ ਬਾੜਾ ਲੰਬਾ ਛੱਡਿਆ ਗਿਆ ਵੀ ਦਰੀਪ ਫੜ ਤਿਆਰੀ ਨੌਜਵਾਨ ਹੈ, ਸੱਤਰ ਬਣ ਗਏ, ਸੱਤਰ ਹੋ ਗਏ ਸੱਤਰ। ਪੈਂਦੀ ਬਾਲ ਸਾਹਮਣੇ ਫੇਰ ਇੱਕ ਵਾਰੀ ਫੇਰ ਛਿਅੱਤਰ, ਤਿੰਨ ਰਹਿ ਗਏ ਆ, ਛਿਅੱਤਰ ਤਿੰਨ ਰਹਿ ਗਏ ਆ। ਲਓ ਸਾਹਮਣੇ ਫੇਰ ਪੈਂਦੀ ਹੋਈ ਬਾਲ, ਖੇਮੇ ਖੇੜੇ ਵਾਲਾ ਕਿਵੇਂ ਲੱਗਿਆ ਕੰਮ ਮੁੰਡੇ ਦਾ? ਤਾੜੀ ਤੇ ਮਾਰੋ ਤਾਲੀਆਂ ਦੇ ਪੱਤ ਝਾੜਦਾ ਜਾਂਦਾ ਭੌਰਨੀ ਪਤਲੀਏ ਨਾਰੇ। ਲਓ ਸਾਹਮਣੇ ਵੇਖਿਆ ਗਿਆ ਛੱਕਾ ਫੇਰ ਵੱਜ ਗਿਆ, ਤਿੰਨ ਲਗਾਤਾਰ ਛੱਕੇ ਜਿਹੜੇ ਵੱਜ ਗਏ ਹੈ। ਲਓ ਸਾਹਮਣੇ ਵੇਖਿਆ ਗਿਆ ਆਪਾਂ ਬਾਲ ਪਾਉਣ ਦੇ ਲਈ ਫੇਰ ਗੱਭਰੂ ਇਸ ਸਮੇਂ ਤਿਆਰ ਵਰ ਤਿਆਰਾ, ਦਰੀਪ ਦੀ ਪੈਂਦੀ ਵਾਲਾ ਅਰਸ਼ ਖੇਮੇ ਖੇੜੇ ਵਾਲਾ ਲੰਘੀ ਆ ਫੇਰ ਝੰਡੇ ਦੇ ਉੱਤੋਂ ਦੀ ਛਿੱਕਾ ਫੇਰ ਵੱਜ ਗਿਆ, ਪੰਜ ਵਾਲਾ ਚਾਰ ਛਿੱਕੇ ਵੱਜ ਗਏ ਹੈ। ਲਾਸਟ ਬਾਲ ਪੈਂਦੀ ਬਾਲ ਫੇਰ ਵਾਈਡ ਵਾਈਡ, ਹਾਂ ਹਾਲੇ ਨੀ ਹਾਲੇ ਨੀ ਹਾਲੇ ਨੀ ਹਾਲੇ ਨੀ ਖੇੜਾ ਛੁੱਟਿਆ, ਹਾਲੇ ਖੇੜਾ ਛੁੱਟਿਆ ਨੂੰ ਹਜੇ ਮੁੱਕਿਆ ਨੀ। ਠੀਕ ਹੈ ਠੀਕ ਹੈ, ਗੱਲਾਂ ਚੱਲਦੀਆਂ ਸ਼ੁਭਦੀਪ ਸਿੱਧੂ ਦੀਆਂ। ਲਓ ਸਾਹਮਣੇ ਲਾਸਟ ਬਾਲ ਪੈਣ ਜਾ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ, ਪੈਂਦੀ ਬਾਲ ਔਰ ਜ਼ੋਰਦਾਰ ਹਿੱਟ ਖੇਡੀ ਤੇ ਪਾਸੇ ਰਨ ਜਿਹੜੇ ਚਾਰ ਦੇ ਇਸ ਮੈਚ ਵਿੱਚ 77 ਹੋ ਗਏ ਬਾਈ ਅਰਚੀ ਦੇ 93 ਨੇ 93 ਹੋ ਗਏ, ਬਹੁਤ ਤਕੜੀ ਬੈਟਿੰਗ ਕੀਤੀ, 93 ਬਣ ਗਈ ਜੀ 94 ਦਾ ਟਾਰਗੇਟ, 93 ਬਣ ਗਏ, 14 ਤੋਂ ਕੰਮ ਚੱਲਿਆ ਸੀਗਾ, 94 ਜਲਦੀ ਦੇ ਨਾਲ ਛੱਕੇ ਦਾ ਟੀਮ 10 ਜੀਐਮ ਤੇ ਬੈਟਿੰਗ ਕਰੇਗੀ, 23 ਐਮਡੀ 23 ਬੋਲਾ ਖੇਲਿਆ 23 ਬੋਲਾ
ਆ ਫੋਨ ਰੱਖ ਦੇ ਅੰਦਰ ਆਪ ਹੈਲੋ
ਵਾਹ ਜੀ ਵਾਹ। ਕੌਣ ਬਾਲਾਂ ਪਾ ਰਿਹਾ? ਵਿਸ਼ਵ ਜੀ। ਪਹਿਲੀਆਂ ਦੋ ਬਾਲਾਂ ਡਾਊਟ ਹੋ ਚੁੱਕੀਆਂ ਨੇ ਖੇਡ ਦੇ ਮੈਦਾਨ ਦੇ ਵਿੱਚ। ਪਰਬੋ ਕਰਦਾ ਹੋਇਆ ਟਰਾਈ ਪਰ ਸਾਹਮਣੇ ਫੇਰ ਡਾਊਟ ਦਾ 93 ਬਣਿਆ ਜੀ, 94 ਦਾ ਟਾਰਗੇਟ ਹੈ। ਚੱਲਦੇ ਮੈਂ ਤੈਨੂੰ ਜਤਿੰਦਰੀ 94 ਜਿਹੜੀ ਕਰਨੀ ਹੈ। ਸਾਹਮਣੇ ਵੇਖਾਂਗੇ ਬਾਲ ਪਾਉਣ ਦੇ ਲਈ ਖਿਡਾਰੀ ਇਸ ਸਮੇਂ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ। ਹਰਦਰੇ ਪਾਸੇ ਸਾਹਮਣੇ ਵਿਸ਼ਵਜੀਤ ਕਲੇ ਬਾਲ ਬੋਲੇ ਕੇਵਲ ਵਾਧਾ ਹੋਇਆ। ਕਿਆ ਬਾਤ ਹੈ ਯਾਰ, ਬਹੁਤ ਸੋਹਣੀ ਬੋਲਿੰਗ। ਪਹਿਲੇ ਓਵਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ। ਪਹਿਲੇ ਓਵਰ ਤੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਟੀਮ 3 ਗੇਂਦ ਪਿੰਡ ਦੀ। ਵਾਹ ਜੀ ਵਾਹ, ਮੁੜਿਆ ਮੁੜਿਆ ਨਿਬੜ ਗਿਆ, ਹੋ ਗਿਆ ਫੈਸਲਾ। ਲਵੀ ਹੁਣ ਜਾ ਕੇ ਸਿੰਗਲ ਆਇਆ ਤੇ ਖਾਤਾ ਖੁੱਲ ਗਿਆ। ਇਧਰ ਸਾਡਾ ਬਾਕਸਿੰਗ ਵਾਲਾ ਮੁੰਡਾ ਵੀ ਗੱਲ ਬਹਿ ਗਈ ਦਿਮਾਗ ਚ ਇਹਦੇ ਵੀ, ਹੋ ਸਕਦਾ ਅਸਰ ਪੈ ਗਿਆ ਹੋਵੇ, ਪਰ ਕਹਿੰਦਾ ਹੁਣ ਹੋਰ ਮਿਹਨਤ ਕਰਨੀ ਹੈ, ਹੁਣ ਉੱਪਰੀਆਂ ਚੀਜ਼ਾਂ ਤੋਂ ਧਿਆਨ ਛੱਡ ਦੇਣਾ, ਕੱਲਾ ਮਿਹਨਤ ਤੇ ਧਿਆਨ ਦੇਣਾ। ਪਰ ਆਹ ਮੁੰਡੇ ਦਾ ਧਿਆਨ ਕਹਿੰਦਾ ਛੱਕਿਆਂ ਤੇ ਹੈ। ਇਹਨੇ ਸਵਾ ਪਹਿਲੇ ਮੈਚ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਕਿ ਜਿੱਥੇ ਕੰਮ ਛੱਡਿਆ ਉੱਥੋਂ ਸ਼ੁਰੂ ਕਰ ਦਿੱਤਾ ਹੈ। ਆਉਂਦੇ ਸਾਰ ਪਹਿਲੀ ਦੇ ਛੱਕਾ ਬੜੇ, ਇੱਕ ਓਵਰ ਦਾ 7 ਬਣੇ ਹੈ, ਆਹ ਵੀ ਖੇਡੇ ਖੇਡੇ ਵਾਲੇ ਇੱਕ ਓਵਰ ਦੇ 7 ਬਣ ਗਏ। ਲਾਦਲੇ ਪਾਸੇ ਖੇਮੇ ਗਿਰੇ ਵਾਲਾ ਆਰਸ਼ ਦੀਪ ਸਿੰਘ ਸੰਧੂ ਮਿੱਤਰਾਂ ਦੇ ਗੋਤ ਪਿੱਛੇ ਬੱਲੀ ਹੈ, ਮੱਲੋ ਮੱਲੀ ਲੱਗ ਜਾਂਦਾ ਸਾਹਿਬ ਜੀ। ਸਾਹਮਣੇ ਵੇਖਾਂਗੇ ਮੁੰਡਾ ਸੰਧੂਆਂ ਦਾ ਬਾਲਾ ਪਿਆ ਪਾਵੇ ਤਿਪ ਤਿਪ ਚੋਵੇ ਮੁੜ ਕੇ ਗਰਮੀ ਜ਼ਿਆਦੇ ਹੈ। ਸਾਹਮਣੇ ਬਾਲ ਪਾਉਣੀ ਫੇਰ ਖਿਡਾਰੀ ਸਮੇਂ ਤਿਆਰ ਬਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ। ਉਧਰਲੇ ਪਾਸੇ ਵੇਖਾਂਗੇ ਪਹਿਲੀ ਵਾਰ ਏ ਬੱਲੇ 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 ਓਪਾ ਜੀ ਵਾਹ, ਬਹੁਤ ਸੋਹਣਾ ਕੈਚ। ਆਓ ਜੀ ਅਗਲਾ ਬੱਲੇਬਾਜ ਜਲਦੀ ਨਾਲ ਕੌਣ ਆ ਗਿਆ? ਅਰਸ਼ ਰੁਪਿਆ ਰਹਿੰਦੇ ਆ।
ਵਾਹ ਜੀ ਵਾਹ, ਲਓ ਸਾਹਮਣੇ ਬਾਣ ਪਾਉਣੀ ਅਰਸ਼ੀ ਫੇਰ ਕੇ ਵੱਲ ਵਧਿਆ ਹੋਇਆ ਸਿੰਘੀ ਬਾਣ ਦੇ ਵਾਈਟ ਬਾਣ ਦੇ ਛੜੇ ਹੋ ਚੁੱਕੇ ਨੇ, ਬਾਣ ਵਾਈਟ ਆਇਆ ਸ਼ਾਬਾ ਬਾਈ ਸ਼ਾਬਾ ਹਵਾ ਦੇ ਵਿੱਚ ਬਾਲ ਭੱਜ 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 ਚੌਂਕਾ ਬਾਵੀ ਨਹੀਂ ਗਿਆ ਸਟੇਟ ਪਰ ਖੇਲ ਬੇਟਾ ਇਹਦਾ ਚਿੰਨ ਕਰਦਾ ਆਡੀਅੰਸ ਆ ਯਾਰ, ਦਰਸ਼ਕ ਕੁਛ ਨਹੀਂ ਕਰ ਸਕਦੇ ਯਾਰ, ਲਾਉ ਦੇ ਪਾਸੇ ਖੇਮੇ ਖੇੜੇ ਰੱਖਦੇ, ਫੇਰ ਇੱਕ ਵਾਰ ਕਿਧਰ ਵਾਧਾ ਹੋਇਆ ਹੈ, ਹਰਸ਼ਕ ਦੇ ਸਾਹਮਣੇ ਆ ਕਰਦਾ ਕੋਈ ਇੱਕ ਵਾਰੀ ਫੇਰ ਉੱਥੇ, ਹਾਂ ਹੁਣ ਪਿੱਛੇ ਫੇਰਨਾ ਇਹਨੂੰ ਛੱਕਾ ਮਾਰਨਾ, ਮਜ਼ਾਕ ਥੋੜੀ ਹੈ, ਖੇਮੇ ਖੇੜੇ ਵਾਲਾ ਹੈ, ਲਾਉ ਸਾਹਮਣੇ ਵੇਖਿਆ ਕਿਧਰ ਪਾਸੇ ਆਊਟ ਗਏ ਖਿਡਾਰੀ, ਹੋਰ ਵਾਪਸ ਚਲਾ ਗਿਆ, ਆਓ ਜੀ ਇਹਨਾਂ ਬੱਲੇ ਮਾਰ ਅਗਲਾ ਬੱਲੇਬਾਜ਼ ਆਏ ਵਾਲੇ ਸਟੈਂਡ ਕੋਲ ਚਲਾ ਜਾਓ ਜੀ, ਲਾਓ ਦਲੇ ਪਾਸੇ ਅਰਸ਼ੀ ਕਿਤੇ ਫੇਰ ਅੱਗੇ ਵੱਲ ਵਧਿਆ ਹੋਇਆ ਆ ਦਲੀਪ ਕਰਦਾ ਟਰਾਈ ਪਰ ਬਾਲ ਡਾਊਟ ਚੁੱਕੀ ਹੈ ਖੇਡ ਦੇ ਮੈਦਾਨ ਦੇ ਵਿੱਚ, ਅਰਸ਼ੀ ਖੇਡੇ ਖੇਡੇ ਆਣਾ ਮੁੰਡਾ 22 ਸਾਲਾਂ ਦੀ ਉਮਰ ਆ ਪਰ ਨਾਮ ਬੜਾ ਇਸ ਖਿਡਾਰੀ ਦਾ ਹੈ, ਹੋ ਗਿਆ ਕੰਮ ਇੱਥੇ ਰੱਖ ਕੈਚ ਛੱਡ ਦਿੱਤਾ, 22 ਸਾਲਾਂ ਦੀ ਉਮਰ ਆ ਅਰਸ਼ੀ ਦੀ ਪਰ ਪੂਰਾ ਪੰਜਾਬ ਹਰਿਆਣਾ ਰਾਜਸਥਾਨ ਵਿਚ ਬਹੁਤ ਭਾਰੀ ਮੰਗ ਇਸ ਖਿਡਾਰੀ ਦੀ, ਓਵਰ ਸਮਾਪਤ, ਦੋ ਓਵਰਾਂ ਤੋਂ ਬਾਅਦ 10 ਰਨ ਨੇ, ਦੋ ਓਵਰ ਦੇ 10 ਬਣ ਗਏ, ਆਓ ਜੀ ਟੀਚਰ ਪੌਂਦਰੀ ਵਿਸ਼ਵਜੀਤ ਫੇਰ ਆ ਗਿਆ, ਰਜਿੰਦਰ ਆ ਸਾਹਮਣੇ, ਆਹ ਮੁੰਡੇ ਤੋਂ ਆਸ ਹੈ ਹੁਣ ਵਿਸ਼ਵ ਜੀ ਰਜਿੰਦਰ, ਵਾਹ ਜੀ ਵਾਹ, ਇਹਨੇ ਦੋ ਖੇਡੀਆਂ ਹਾਲੇ ਤੱਕ ਤੇ ਦੋਨੇ ਛੱਕੇ ਮਾਰੇ ਆ, ਇਹ ਮੁੰਡਾ ਸਟ੍ਰਾਈਕ 90 ਦੇ ਰਨ ਬਣ ਸਕਦੇ ਆ, 94 ਦਾ ਟਾਰਗੇਟ ਆ, 16 ਛੱਕੇ ਬਣਦੇ ਮੇਰੇ ਵੀਰੇ, ਉਹ ਸਾਹਮਣੇ ਬਾਹਰ ਬਾਉਂਡਰੀ ਖਿਡਾਰੀ ਇਸ ਸਮੇਂ ਤਿਆਰ ਵਰ ਤਿਆਰ ਆ ਖੇਡ ਦੇ ਮੈਦਾਨ ਚ, ਵਿਸ਼ਵਜੀਤ ਬਾਲਾ ਪਾਉਂਦਾ ਹੈ, ਰਜਿੰਦਰ ਸਾਹਮਣੇ ਕਰਦਾ ਹੈ, ਅੱਜ ਬਾਹਰੋਂ ਖੇਡਦਾ ਮੁੰਡਾ, TMD ਦੀ ਟੀਮ ਲਈ ਪੈਂਦੀ ਹੋਈ ਬਾਹਰ ਸਾਹਮਣੇ, ਜ਼ੋਰਦਾਰ ਹਿੱਟ ਲਾਂਗ ਆਫ ਦੇ ਉੱਪਰ, ਇੱਕ ਸਿੰਗਲ ਦੇ ਵੱਧਦੇ ਹੋ ਗਿਆ, ਦਲੀਪ ਆ ਗਿਆ ਮੁੰਡਾ ਸਾਹਮਣੇ ਕਰਨ ਲਈ, ਲਓ ਸਾਹਮਣੇ ਫਿਰ ਪੈਂਦੀ ਬਾਲ,
ਦਲੀਪ ਲੋਕ ਮੰਨਦੇ ਨੀ ਵੀ ਤੁਸੀਂ 160 ਬਣਾਏ ਸੀ। ਆ ਬੈਟਰੀ ਵੇਖ ਕੇ ਤਕੜਾ ਹੋ ਨੌਜਵਾਨ ਬੰਦੇ 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 ਉੱਧਰ ਕੋਈ ਨੀ। ਵਾਹ ਜੀ ਵਾਹ, ਕਿੰਨੇ ਛੇ ਰਨ ਦੇ ਵਾਧੇ। ਛੇ ਰਨ 24 ਹੋਵੇ। ਹਾਂਜੀ ਹਾਂਜੀ ਵਾਹ, ਕਰਤਾ ਕਰਤਾ ਹੱਕ ਬਈ, ਕੀ ਬਾਤ ਹੈ, ਬੜਾ ਚੋਟੀ ਦਾ ਮੁਕਾਬਲਾ ਹੈ। ਮੈਂ ਨਾ ਚਾਹ ਪੀ ਜਾਂਦਾ ਜੀ ਕੱਲ। ਫਿਰ ਮੈਂ ਚੱਲਦੇ ਹੁਣ ਛਤਰੀ ਫੇਰ ਡਿੱਗ ਪਈ ਹੈ। ਹਾਈ ਫੇਰ ਅੱਖ ਕਰੋ ਯਾਰ, ਹੁੱਕ ਮੜ ਜਾਂਦੇ ਮੇਜ਼ ਰੱਖਣਾ ਨਾ ਉੱਤੋਂ ਟੋਕੀਆ ਹੈ ਨਾ ਫੇਰ ਸੱਟੂ ਜੀ ਇੱਥੋਂ ਦੀ। ਵਾਹ ਜੀ ਵਾਹ, ਨਹੀਂ ਨਹੀਂ ਲੋੜ ਹੀ ਨਹੀਂ, ਨਵੀਂ ਅੰਗੂ ਤੜਕੇ ਦਾ ਰੱਖਿਆ ਮੁੰਡਾ ਨੇ, ਛਤਰੀ ਦੀ ਲੋਟ ਹੈ ਜੀ। ਆ ਫੜੇ ਇੱਕ ਮਿੰਟ, ਫੇਰੇ ਸ਼ਾਟ ਦੇ ਨਾਲ ਇੱਕ ਤੋਂ ਦੂਜੇ ਲਈ ਮੁੰਡਾ ਭੱਜ ਤੁਰਿਆ, ਦੋ ਜੁੜ ਗਏ। ਬਸ ਬਸ ਬਸ, ਆ ਤੇ ਗਈ ਨੀ, ਆਹੀ ਉਧਰ ਵੜ ਗਿਆ ਉਹਦੇ ਤਿੰਨ ਆ ਗਏ। ਓਵਰ ਸਮਾਪਤ ਤੇ ਰੁਕਣ ਤੋਂ ਬਾਅਦ ਜਾ ਯਾਰ ਅਰਸ਼ੀ ਯਾਰ 26 ਰਨ, 3 ਓਵਰ ਤੇ 26 ਤੜਕੇ ਕਰਾਂਗੇ ਸੈੱਟ ਹੁਣ, ਮੇਜ਼ ਮੰਗਾ ਲਿਓ ਉੱਥੋਂ ਉਹਦੇ ਨਾਲ ਬੰਨ ਕੇ ਰੱਖ ਲਿਓ, ਐਂ ਕਰਾਂਗੇ ਤੜਕੇ। ਹੁਣ ਬੰਦ ਵੀ ਨੀ ਹੋਣੀ ਬਈ, ਛਤਰੀ ਨੇ ਉਲਝਾ ਰੱਖਿਆ ਸ਼ੇਰ ਦਾ ਬਾਈ ਯਾਰ, ਇੱਕਦਮ ਸਕੋਰ ਕੱਢਦਾ ਰਹਿ ਗਿਆ। ਇੱਕ ਹੋਰ ਜੁੜ ਗਿਆ, 27 ਬਣ ਗਏ, ਠੰਡਾ ਜਾ ਹੋ ਗਿਆ ਯਾਰ ਕੰਮ। ਕੌਣ ਆ ਗਿਆ ਬੋਲਰ? ਗੁਰੀ ਹੈ ਬਾਲ ਪਾਉਣ ਲਈ, ਪਰ ਜੀ ਮੇਜ ਦਾ ਮਾਹੌਲ ਬਦਲਿਆ ਤੇ ਆਹ ਮੁੰਡਾ ਬਦਲ ਗਿਆ ਜਿਹੜਾ ਹੁਣ ਸਾਹਮਣੇ ਆਇਆ ਬਾਈ ਯਾਰ। ਉਧਰ ਨਾ ਛਤਰੀ ਉੱਡ ਗਈ ਜਾਂਦੀ ਹੈ ਵਾਰੀ ਵਾਰੀ ਬਾਈ, ਕੀ ਕਰੀਏ ਗਰਮੀ ਬਹੁਤ ਹੈ। ਵੇਖਾਂਗੇ ਫੇਰ ਪੈਂਦੀ ਬਾਲ ਖੇਡੇ ਸ਼ਾਟ ਦੇ ਨਾਲ, ਦੂਜਾ ਹੋ ਗਿਆ ਓਏ ਹੋ ਗਿਆ ਕੰਮ। ਵਾਹ ਜੀ ਵਾਹ, ਸਲਾਟ ਦੇ ਬਾਅਦ ਜ਼ੋਰਦਾਰ ਹਿੱਟ, 6 ਰਨ। ਹਾਲੇ ਵੀ ਕੁਝ ਵੀ ਹੋ ਸਕਦਾ, ਮੈਚ ਬਦਲ ਸਕਦਾ, ਕੁਝ ਵੀ ਹੋ ਸਕਦਾ, ਹਾਲੇ ਡੁੱਲੇ ਮੇਰਾ ਦਾ ਕੁਝ ਨਹੀਂ ਵਿਗੜਿਆ। ਸਖੀ ਦੀ ਟੀਮ ਆਓ ਜੀ, ਡਾਂਸਰ ਜੀ ਸਖੀ ਸਖੀ ਤੇ 20 ਰੁਪਏ ਵਾਲਾ। ਵਾਹ ਜੀ ਵਾਹ, ਡਾਟ ਬਾਲ ਲਾਉਦਲੇ ਪਾਸੇ ਪੈਂਦੀ ਵੱਲ, ਫੇਰ ਇੱਕ ਹੋਰ ਵੱਡੀ ਹਿੱਟ ਦੀ ਕੋਸ਼ਿਸ਼ ਹੈ, ਪਰ ਸਾਹਮਣੇ ਇੱਕ ਸਿੰਗਲ ਦੇ ਨਾਲ ਸੰਤੁਸ਼ਟੀ ਪ੍ਰਦੀਪ ਆ ਗਿਆ ਸਾਹਮਣੇ।
ਕੌਣ ਜਿੱਤ ਗਿਆ? 35 ਹੋ ਗਏ, 35 ਨਾਲ ਰਹਿ ਗਏ ਬਾਲ ਫਸ। ਸਹੀ ਗੱਲ ਹੈ, ਸਹੀ ਗੱਲ ਹੈ ਵੀਰੇ। ਜਮਾਂ ਬਾਈ ਦੇ ਆਸਾ ਖੇੜਾ ਵਾਲਾ। ਹਾਂ ਹਾਂ ਬਾਈ, ਬਿਲਕੁਲ ਬਿਲਕੁਲ ਸਹੀ ਗੱਲ ਹੈ, ਤੁਸੀਂ ਜਮਾਂ ਸਹੀ ਹੋ। ਬਾਈ ਗੱਲਾਂ ਹੀ ਆਉਂਦੀਆਂ ਕੱਲੀਆਂ, ਇੱਥੇ ਪਤਾ ਲੱਗਦਾ ਗਰਾਊਂਡ ਚ ਬੈਠੇ ਬੰਦੇ ਨੂੰ। ਉਧਰ ਹਵਾ ਚੱਲਦੀ ਆ, ਉਧਰ ਛਤਰੀ ਉੱਡ ਜਾਂਦੀ ਆ, ਛਤਰੀ ਫੜ ਕੇ ਲਿਆਉਣੀ ਪੈਂਦੀ ਹੈ, ਛਤਰੀ ਚੈੱਕ ਕਰਨੀ ਪੈਂਦੀ ਹੈ। ਕਮੈਂਟ ਕਰਨਾ ਸਭ ਤੋਂ ਸੌਖਾ, ਇੱਥੇ ਸਾਰਾ ਦਿਨ ਬਹਿ ਜਾ ਬਾਈ ਮੇਰੇ ਨਾਲ, ਆ ਕੇ ਲੱਗ ਜੂ ਪਤਾ ਨੀਤ ਹੈ ਨੀ ਕਿ ਕੀ ਹੈ ਨੀਗਾ, ਆਪੇ ਪਤਾ ਲੱਗ ਜੂ ਬਾਈ ਤੈਨੂੰ ਵੀ। ਲਓ ਪਹਿਲੀ ਵਾਰ ਪਹਿਲੀ ਗਈ ਸ਼ੰਕਾ, ਇੱਕ ਨਾਲੀ ਵੜ ਗਈ, ਇੱਕ ਨਾਲੀ ਮੈਂ ਦੱਸਿਆ ਵੀ ਹਾਲੇ ਵੀ ਕੁਝ ਵੀ ਹੋ ਸਕਦਾ ਮੇਰੇ ਵੀਰੇ। ਉਹ ਲੈ ਵੀ ਇੱਧਰ ਵੀਰ ਬੈਠੇ ਆ, ਸਾਡੇ ਨਾਂ ਵੀ ਦੱਸਾਂਗੇ ਜ਼ਰੂਰ ਇਹਨਾਂ ਦੇ। ਰਮੇਸ਼ ਆ ਭਰਾ ਸਾਡਾ, ਨਜਾਬ ਹੁਣੀ ਕਹਿੰਦੇ ਆ ਵੀ ਜੇਕਰ ਅੱਜ 3 ਜੇਐਮ ਦੀ ਟੀਮ ਜਿਹੜੀ ਪੂਰ ਕਲੀਅਰ ਕਰਦੀ ਆ ਤੇ ਵਿਸ਼ਵਜੀਤ ਨੂੰ ਕਹਿੰਦੇ ਚਾਂਦੀ ਦੀ ਚੈਨ ਪਾਈ ਜਾਣੀ ਆ। ਵੱਡੇ ਮਾਨਾਂ ਸਨਮਾਨਾਂ ਦੀ ਗੱਲ ਹੈ, ਵਿਸ਼ਵਜੀਤ ਨੂੰ ਚਾਂਦੀ ਦੀ ਚੈਨ ਪਾ ਕੇ ਸਨਮਾਨ ਕੀਤਾ ਜਾਵੇਗਾ ਜੇਕਰ 3 ਜੇਐਮ ਦੀ ਟੀਮ ਜਿਹੜੀ ਪੂਰ ਕਲੀਅਰ ਕਰਦੀ ਆ। ਪਰ ਖੇਮੇ ਖਿਡਿਆ ਜਿੰਨਾ ਚਿਰ ਖੇਡ ਰਿਹਾ ਤੇ ਮੁੰਡਿਆਂ ਦੀਆਂ ਉਮੀਦਾਂ ਜਿਹੜੀਆਂ ਉਹ ਬਹੁਤ ਹਾਈ ਹੈ। ਮੇਰੇ ਵੀਰੇ ਸਾਹਮਣੇ ਵੇਖਾਂਗੇ ਬਾਲ ਪਾਉਂਡ ਦੀ ਅਰਸ਼ੀ ਇਸ ਸਮੇਂ ਤਿਆਰ ਵਰ ਤਿਆਰਾ ਖੇਡ ਦੇ ਮੈਦਾਨ ਦੇ ਵਿੱਚ। ਉਧਰਲੇ ਪਾਸੇ ਰਜਿੰਦਰ ਆਹ ਮੁੰਡੇ ਤੋਂ ਆਸ ਹੈ, ਇਹਦੇ ਤੇ ਗੱਲ ਖੜੀ ਹੈ। ਲਓ ਸਾਹਮਣੇ ਕਰਦਾ ਹੋਇਆ ਟਰਾਈ ਪਰ ਬਾਲ ਫੇਰ ਡਾਊਨ ਜਿਹੜੀ ਹੋ ਚੁੱਕੀ ਹੈ। ਮੈਂ ਉਹੀ ਬਾਈ ਨੂੰ ਕਹਿੰਦਾ, ਬਾਈ ਨੇ ਕਮੈਂਟ ਕੀਤਾ ਨੀਤ ਹੈ ਨੀ ਗੀ, ਤੂੰ ਬਾਈ ਆ ਜਾ ਘੰਟਾ ਕੁ ਬਹਿ ਜਾ ਧੁੱਪ ਜਾ ਕੇ, ਡਬਲ ਪੈਸੇ ਦਊਂ, ਜਿੰਨੀ ਦਿਹਾੜੀ ਹੈ ਨਾ ਉਨੇ ਦੁੱਗਣੇ ਪੈਸੇ ਦਊਂ, ਘੰਟਾ ਬਹਿ ਜਾ ਕੇ ਧੁੱਪ ਚ। ਲਾਤਲੇ ਪਾਸੇ ਬਾਲ ਪਾਉਣ ਦੇ ਲਈ ਫੇਰ ਅਰਸ਼ੀ ਅੱਗੇ ਵੱਲ ਵਧਦਾ ਹੋਇਆ। ਵਾਈਡ ਬਾਲ, ਵਾਈਡ ਬਾਲ, ਮੈਂ ਵੀ ਕਰੀ ਜਾਂਦਾ ਬਾਈ, ਇਹੋ ਜਿਹੀ ਕੋਈ ਚੱਕਰ ਹੀ ਨੀ। ਲੈ ਇੱਕ ਸਕੋਰ ਹੋਰ ਜੁੜ ਗਿਆ, ਵਾਧਾ ਸਕੋਰ 44 ਰਨ, 44-50 ਰਹਿ ਗਏ ਪੂਰੇ ਜਿੱਤਣ ਦੇ ਲਈ। ਕਿੰਨੇ 13 ਵਾਰ ਇਹਨਾਂ ਦਾ ਕੋਈ ਹੱਲ ਹੀ ਕਰਨਾ ਪੈਣਾ। 13 ਵਾਰ 50, ਵਾਹ ਜੀ ਵਾਹ, ਜ਼ੋਰਦਾਰ ਹਿੱਟ। ਸਵੇਰ ਤਾਂ ਮੈਂ ਛਤਰੀ ਚ, ਹੁਣ 50 ਬਣ ਗਏ, 44 ਰਹਿ ਗਏ। ਹੋਰ ਹੋ ਗਿਆ ਇੱਕ ਬਾਲ ਰਹਿੰਦੀ ਹੈ। ਨਹੀਂ ਨਹੀਂ ਵੀਰੇ, ਉਹ ਬੰਦੇ ਨੇ ਕਮੈਂਟ ਪਤਾ ਕੀ ਕੀਤਾ ਬਈ, ਤੁਹਾਡੀ ਨੀਤ ਹੈ ਨੀ, ਨੀਤ ਦੀ ਗੱਲ ਨਹੀਂ ਹੁੰਦੀ ਬਈ, ਬਹੁਤ ਛਤਰੀ ਹੋਟੇ ਨਹੀਂ ਕਰੀ ਹੈਗੇ। 13 ਬਾਲਾਂ 44 ਰਨ, ਬਾਕੀ ਨੇ ਉਧਰਲੇ ਪਾਸੇ ਡਾਊਨ ਵਾਲੇ ਓਵਰ ਸਮਾਪਤ।
ਉਹੀ ਤਾਂ ਗੱਲ ਹੈ ਬਈ, ਕਮੈਂਟ ਕਰਨ ਤੋਂ ਪਹਿਲਾਂ ਬੰਦੇ ਨੂੰ ਆਪ ਨੂੰ ਦੇਖਣਾ ਚਾਹੀਦਾ ਹਨਾ। ਨੀਤ ਬਈ ਖੇਲਣਾ ਤੇ ਸਾਰਾ ਦਿਨ ਇੱਕੋ ਥਾਂ ਬੈਠਣਾ ਵੀਰੇ, ਇਹ ਚੀਜ਼ ਦਾ ਬਹੁਤ ਫਰਕ ਮੈਂ। ਚੱਲ ਕੋਈ ਨਾ ਵੀਰੇ, ਤੁਸੀਂ ਕਹਿਤਾ ਕੋਈ ਚੱਕਰ ਨਹੀਂ। ਉਲਝ ਜਾਂਦਾ ਬੰਦਾ। ਕਾਹਦੀ ਨੌ ਬਾਲ ਹੈ ਇਹ ਵੀਰੇ? ਹੈ ਨੀ ਰੂਲ ਯਾਰ, ਇਹ ਅੰਪਾਇਰ ਪੁੱਛ ਦਿੰਦਾ ਬਾਈ ਜੀ ਸਾਈਡ ਨਵੇਂ ਬਾਂਦਰ ਤੋਂ। ਅੰਪਾਇਰ ਸਾਹਿਬ ਤੁਸੀਂ ਸਾਈਡ ਪੁੱਛਣੀ ਹੈ, ਜਦੋਂ ਨਵਾਂ ਬਾਂਦਰ ਬਾਲ ਪਾਉਣਾ ਜੀ ਚੱਲਦੀ ਉਮਰ ਚੇਂਜ ਕਰੀ ਫਿਰ ਨੌ ਬਾਲ ਹੈ। ਕੀ ਹੋ ਗਿਆ, ਨੋ ਕਾਹਦੀ ਮੰਗਦੇ ਆ? ਆਪਾਂ ਤਾਂ ਵੀਰੇ ਪੂਰਾ ਆਪਣਾ ਕੰਮ ਹੀ ਕਰ ਰਹੇ ਯਾਰ ਹਨਾ, ਪਰ ਇਹੋ ਜਿਹੇ ਕਮੈਂਟ ਦੇਦਾ ਦਿਲ ਦੁਖਦਾ ਯਾਰ, ਇਹ ਚੀਜ਼ ਦਾ ਬੰਦੇ ਦਾ ਯਾਰ। ਬੰਦੇ ਦਾ ਮਨ ਟੁੱਟ ਜਾਂਦਾ ਇਹ ਚੀਜ਼ ਦਾ ਯਾਰ। ਕੀ ਗੱਲ ਕੀ ਹੋ ਗਈ, ਸਾਈਡ ਨੀ ਦੱਸੀ ਤਾਂ ਨੂੰ ਹੈਗੇ ਹੁਣ ਸਹੀ ਹੈ ਕਿ ਨੋ ਹੈ? ਵਾਈਡ ਬਾਲ ਹੈ ਬਾਈ ਜੀ, ਨੋਟ ਕਰਿਓ ਸਾਰੀਆਂ ਟੀਮਾਂ। ਇੱਕ ਆ ਨਵਾਂ ਬਾਂਦਰ ਜਦੋਂ ਪਹਿਲਾ ਹਰ ਪਾਉਣ ਲਈ ਆਉਂਦਾ ਉਹਦੀ ਸਾਈਡ ਅੰਪਾਇਰ ਪੁੱਛੂਗਾ, ਠੀਕ ਹੈ ਜੀ। ਆਪ ਸਾਈਡ ਨਾ ਦੱਸਣ ਦੀ ਕੋਈ ਨੋ ਨੀ, ਅੰਪਾਇਰ ਆਪ ਪੁੱਛ ਕੇ ਦੱਸੇਗਾ ਬੱਲੇਬਾਜ਼ ਨੂੰ। ਇੱਕ ਆ ਕੀਪਰ ਜੇ ਜਾਣੀ, ਇਹ ਦੋਨਾਂ ਦੀ ਨੋ ਬਾਲ ਨਹੀਂ ਹੋਵੇਗੀ ਟੀਮਾਂ ਨੂੰ। ਹਾਂਜੀ ਹਾਂਜੀ ਸਾਈਡ ਦੀ ਓਕੇ ਓਕੇ ਵੀਰੇ। ਤੂੰ ਤੇ ਮੈਂ ਖੇਡ ਗਏ ਸੀ ਬਹਿ ਜਾ ਕੇ, ਫੇਰ ਤੂੰ ਵੀ ਇੱਥੋਂ ਲਾ ਕੇ ਉੱਥੇ ਬਹਿ ਜਾ ਫਿਰ ਰਿਪਲਾਈ ਕਰਨਾ ਪਤਾ ਨੀ ਉੱਡ ਜਾਂਦੀ ਬੱਕਰੀਆਂ ਗਰਾਊਂਡ ਇੰਜੋਇਮੈਂਟ। ਨਹੀਂ ਹੁਣ ਵਾਈਡ ਹੈ ਕਿ ਨੋ ਹੈ ਬਈ? ਯਾਰ ਰੌਲਾ ਪਈ ਜਾਣਾ ਤੇਰੇ ਬਰਾਬਰ। ਨਹੀਂ ਨਹੀਂ ਮਤਲਬ ਸਿਰ ਖਾਦਾ ਟੋਪੀ ਵਾਲੇ ਇੱਕ ਵਾਰੀ ਉਹਨੇ ਕਹਿ ਦਿੱਤਾ ਸੀ ਆਹ ਸਾਈਡ ਹੈ,
ਹਰਪ੍ਰੀਤ ਬਾਈ ਡਿਸੀਜਨ ਦੱਸੋ, ਡਿਸੀਜਨ ਕੀ ਫੇਰ ਇੰਟਰਵਿਊ ਹੈ ਵਾਈਡ ਹੈ ਨਹੀਂ ਬਾਲ ਵਾਈਡ ਹੈ ਬਸ ਚਲਾਓ ਮੈਂ ਚਲਾਓ ਬਾਹਲੀਆਂ ਗੱਲਾਂ ਬੰਦ ਮੈਂ ਚਲਾਓ ਬਾਈ ਕਰਦਾ ਮਸਲੇ ਹੱਲ ਆਵਾਜ਼ ਸੋਹਣੀ ਬਾਈ ਦੀ ਤੈਨੂੰ ਬੜਾ ਪਤਾ ਤੈਨੂੰ ਬੜਾ ਪਤਾ ਚਪਰਾ ਯਾਰ ਬਿਲਡਿੰਗ ਕਰ ਜਾ ਕੇ ਯਾਰ ਬਾਈ ਯਾਰ ਬਾਈ ਯਾਰ ਨੋਟ ਕਰਿਓ ਅੱਗੇ ਤੋਂ ਵੀ ਅੰਪਾਇਰ ਵੀ ਜਿਹੜੇ ਖੜਦੇ ਆ ਬਾਈ ਉਹ ਵੀ ਧਿਆਨ ਦਿਓ ਬਾਈ ਇਹ ਰੂਲ ਹੈ ਨੀ ਗਾ ਅੰਪਾਇਰ ਆਪ ਪੁੱਛ ਕੇ ਸਾਈਡ ਬਾਲਰ ਨੂੰ ਫਿਰ ਬੈਟਸਮੈਨ ਨੂੰ ਦੱਸੇਗਾ ਵੀ ਕਿਹੜੇ ਹੱਥ ਨਾਲ ਬਾਲ ਪਊਗਾ ਕਿਹੜੀ ਸਾਈਡ ਨਾਲ ਪਊਗਾ ਠੀਕ ਹੈ ਜੀ ਵਾਈਡ ਬਾਲ ਦੋ ਬਾਲ ਹੈ ਜੀ ਦੋ ਬਾਲ ਹੈ ਬਾਜੀ ਦਾ ਲਓ ਸਾਹਮਣੇ ਫੇਰ ਕੋਸ਼ਿਸ਼ ਕਰ ਰਹੇ ਪੱਥਰ ਜਿੰਨਾ ਤੱਕ ਕਿੰਨੀਆਂ ਬਾਲਾਂ ਕਿੰਨੇ ਰਹਿ ਗਏ ਹੁਣ ਕਿੰਨੇ ਹੋਏ ਇੱਕ ਬਾਲ ਹੋਈ ਹੈ ਗਿਆਰਾਂ ਬਾਲਾਂ ਰਹੀਆਂ 52 ਰਨ ਹੈ ਗਿਆਰਾਂ ਬਾਲਾਂ 42 ਰਹਿ ਗਏ ਗਿਆਰਾਂ ਬਾਲਾਂ 42 ਲਓ ਖੇਡਿਆ ਸ਼ਾਰਟ ਦਲੇ ਪਾਸੇ ਵੇਖਾਂਗੇ ਇੱਕ ਹੋਰ ਜੁੜ ਗਿਆ ਹੈ 10 ਬਾਲਾਂ 41 ਰਨ ਰਹਿ ਗਏ ਜੀ ਬਾਕੀ 10 ਬਾਲਾਂ 41 ਸਕੋਰ ਬਾਕੀ ਨੇ ਜਿਹੜੇ ਚੱਲਦੇ ਮੈਚ ਨੂੰ ਜਿੱਤਣ ਦੇ ਲਈ ਲਓ ਸਾਹਮਣੇ ਵੇਖਾਂਗੇ ਬਾਲ ਪਾਉਣ ਦੇ ਲਈ ਖਿਡਾਰੀ ਇਸ ਸਮੇਂ ਫੇਰ ਤਿਆਰ ਬਣ ਤਿਆਰ ਹੈ ਪੈਗੀ ਬਾਲ ਤੇ ਪ੍ਰਦੀਪ ਕੋਸ਼ਿਸ਼ ਕਰਦਾ ਬਾਲ ਹਵਾ ਦੇ ਵਿੱਚ ਹੈ ਮੁੰਡਾ ਪਹੁੰਚ ਗਿਆ ਬਾਲ ਦੇ ਥੱਲੇ ਔਰ ਬਹੁਤ ਸੋਹਣੇ ਕੈਚ ਦੇ ਨਾਲ ਵਿਕਟ ਆਊਟ ਗਈ ਖਿਡਾਰੀ ਵਾਪਸ ਚਲਾ ਗਿਆ ਉਹ ਜੀ ਅਗਲਾ ਬੱਲੇਬਾਜ਼ ਪਤਾ ਨਹੀਂ ਯਾਰ ਤਿੰਨ ਚਾਰ ਜਣੇ ਆਏ ਸੀ ਹੋਰ ਵਿਸ਼ਾਲ ਨੂੰ ਮਿਲਣ ਪਤਾ ਨਹੀਂ ਕਿੱਧਰ ਗਏ ਵਾਹ ਜੀ ਵਾਹ ਛੱਡਦਾ ਕਹਿ ਬਾਈ ਦਾ ਕੀ ਨਾਮ ਹੈ ਬੈਟਸਮੈਨ ਦਾ ਤਿੰਨ ਬਈਆਂ ਵੀਰੇ ਤਿੰਨ ਅਜੇ ਆ ਬਾਈ ਤੇ ਸਾਰਾ ਮੈਚ ਆ ਲਓ ਸਾਹਮਣੇ ਪੈਂਦੀ ਬਾਲ ਫੇਰ ਦੀ ਕੋਸ਼ਿਸ਼ ਪਰ ਬਾਲ ਫੇਰ ਡਾਊਟ ਗਰਮਾ ਗਰਮੀ ਹੋ ਗਿਆ ਫਿਰ ਹੁਣ ਇੱਕ ਮੈਚ ਹੋਰ ਹੋਊਗਾ ਬਾਈ ਹੋਊਗਾ ਹਜੇ 6.5 ਛੱਕੇ ਹੋਊਗਾ ਮੈਚ ਬਾਈ ਹਜੇ ਇੱਕ ਹੋਰ 6 ਬਾਲਾਂ 39 ਸਕੋਰ ਬਾਕੀ ਨੇ 6 ਬਾਲਾਂ 39 ਲਵਪ੍ਰੀਤ ਕਰ ਲੈ ਨਹੀਂ ਜਦ ਕਰ ਲੈ ਕੌਣ ਕਰੂ ਓਵਰ ਬਾਈ
ਬੜਾ ਗੁੱਸਾ ਯਾਰ ਅੱਜ ਦਾ ਬੜਾ ਗੁੱਸਾ ਯਾਰ ਪਹਿਲੀ ਬਾਲ ਤੇ ਪਹਿਲੀ ਬਾਲ ਹਵਾ ਦੇ ਵਿੱਚ ਨਿਬੜ ਗਿਆ। ਪੰਜ ਬਾਲਾਂ 39 ਰਹਿ ਗਏ। ਮੋਹਿਤ ਹੈ ਜੀ, ਮੋਹਿਤ ਬਾਲ ਪਾ ਰਿਹਾ ਹੈ। ਬਾਈ ਜੀ ਸਖੀ ਤੇ ਬੀਜ ਵਾਲਾ ਟੀਮਾਂ ਤਿਆਰ ਰਹਿਣਗੀਆਂ। ਪੰਜ ਵਾਲਾ 39 ਸਕੋਰ ਬਾਕੀ ਹੈ ਜੀ। ਚੱਲਦੇ ਮੈਚ ਜਿੱਤਣ ਦੇ ਲਈ ਜਾ ਬਾਈ, ਤੂੰ ਖੇਡਣਾ ਸਾਹਮਣੇ ਜਾ ਕੇ ਵੀਰੇ। ਨਾ ਉੱਠ ਟਰੈਕ ਕਰਿਆ ਮੈਚ ਲਗਭਗ ਲਗਭਗ ਸਮਾਪਤੀ ਵਾਲਾ। 35 ਰਹਿ ਗਏ, 4 ਵਾਲਾ ਚੱਲਦੇ ਨੂੰ ਵਰਜ ਜਿੱਤ ਵਾਲੇ ਪਾਸੇ ਟੀਮ 3 ਗੇਮ ਦੀ ਬਹੁਤ ਧੰਨਵਾਦ ਕਰਦੇ ਆਪਾਂ ਟੀਐਮਡੀ ਦੀ ਸਾਰੀ ਟੀਮ ਦਾ, ਰਜਿੰਦਰ ਦਾ ਧੰਨਵਾਦ। ਆਓ ਜੀ ਸਖੀ ਦੇ ਨਾਲ ਵੀਰ ਵੈਰਾਂ ਦੇ ਮੈਦਰੀ ਮਾਈਕ ਤੇ ਜਾਦੂ ਗਿੱਲ ਸਾਡਾ ਵੀਰ ਗੱਲ ਕਰੇਗਾ। ਕਹਿੰਦਾ ਜੀ ਔਖਾ ਇਹਨਾਂ 160 ਉਹ ਬਾਈ ਜਿਹੜਾ ਬੈਟਿੰਗ ਕਰਕੇ ਗਿਆ ਨਾ ਪਹਿਲਾਂ ਰਾਜੂ, ਇੱਕ ਦਲੀਪ ਨੇ ਰਨ ਮਾਰੇ ਸੀਗੇ। ਇੱਕ 74 ਰਨ ਬਣਾਏ ਸੀ। ਹਾਂਜੀ ਹਾਂਜੀ ਤੇਰਾ ਮਾਲ ਕਾਰ ਚ ਪਿਆ।